ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੈਨ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨਸ AM FM ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਇੰਟਰਨੈਟ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ, ਫੇਸਬੁੱਕ, ਆਈਫੋਨ ਅਤੇ ਐਂਡਰਾਇਡ ਦੀ ਐਪਸ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਅੱਜ ਤਰੀਕ ਹੈਗੀ ਆ 6 ਅਪ੍ਰੈਲ ਵਾਰ ਸ਼ੁੱਕਰਵਾਰ, ਅਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਖਬਰਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ, 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੰਡ ਤੋਂ, ਸੁੱਚਾ ਸਿੰਘ ਜੀ ਫਰਜਨੋ ਤੋਂ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ, ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜਿਹੜਾ ਵੈਦਰ ਹੈਗਾ ਆ, ਖਾਸ ਕਰਕੇ ਬੇਰੀਏ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈਗਾ ਅਤੇ ਰੋਡਸ ਵੀ ਸਲਿਪਰੀ ਹੈਗੀਆਂ। ਆਪਾਂ ਵੀ ਆ ਰਹੇ ਸੀ ਬੜੀ ਹੌਲੀ ਹੌਲੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਜਿਹੜੇ ਬੇਰੀਏ ਦੇ ਵਿੱਚ ਹੈਗੇ ਆ, ਕਾਫੀ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਅੱਜ ਅਤੇ ਕੱਲ੍ਹ ਨੂੰ, ਸੈਚਰਡੇ ਨੂੰ ਵੀ ਕਾਫੀ ਮੀਂਹ ਪੈਣਾ। ਬਿਲਕੁਲ, ਖਾਸ ਕਰਕੇ ਸੈਂਟਾ ਰੋਜ਼ਾ ਇਲਾਕੇ ਤੋਂ ਲੈ ਕੇ ਮੌਨਰੇ ਇਲਾਕੇ ਦੇ ਦਰਮਿਆਨ ਜਿੰਨਾ ਵੀ ਜਿਹੜਾ ਕੈਲੀਫੋਰਨੀਆ ਦਾ ਹਿੱਸਾ ਹੁੰਦਾ ਆ, ਇਹਦੇ ਵਿੱਚ ਕਾਫੀ ਜਿਹੜਾ ਕੋਸਟ ਵਾਲੇ ਪਾਸੇ ਜਿਹੜਾ ਮੀਂਹ ਪੈਣਾ, ਇਨਲੈਂਡ ਵੀ ਜਿਹੜਾ ਮੀਂਹ ਪਊਗਾ, ਅਤੇ ਇਹੀ ਨਹੀਂ ਸਿਆਰਾ ਨਵਾਡਾ ਵਾਲੇ ਪਾਸੇ ਵੀ ਜਿਹੜਾ ਮੀਂਹ ਪੈਣਾ ਹੈ, ਅਤੇ ਨਾਲ ਦੇ ਨਾਲ ਕਈ ਜਗ੍ਹਾ ਦੇ ਉੱਤੇ ਬਰਫ਼ਬਾਰੀ ਵੀ ਜਿਹੜੀ ਹੋ ਸਕਦੀ ਆ। ਖਾਸ ਕਰਕੇ ਜੇ ਕੋਈ ਯੋਸੇਮਿਟੀ ਐਵੀਨਿਊ, ਮਾਫ਼ੀ ਚਾਹੁੰਦਾ, ਯੋਸੇਮਿਟੀ ਨੈਸ਼ਨਲ ਪਾਰਕ ਵੱਲ ਨੂੰ ਜਿਹੜਾ ਜਾ ਰਿਹਾ ਆ, ਉਹ ਧਿਆਨ ਦੇਣ। ਅੱਜ ਉਹਨਾਂ ਨੇ ਵੀ ਉੱਥੇ ਵਾਰਨਿੰਗ ਜਿਹੜੀ ਇਸ਼ੂ ਕੀਤੀ ਹੈ ਵੀ ਕਿਉਂਕਿ ਮੀਂਹ ਜ਼ਿਆਦਾ ਪੈਣਾ, ਸੋ ਉੱਤੋਂ ਜਿਹੜੀਆਂ ਵਾਟਰਫਾਲਸ ਦੇ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਕਿਤੇ ਕਿਤੇ ਜਿਹੜੀ ਉੱਥੇ ਵੀ ਫਲੱਡਿੰਗ ਹੋ ਸਕਦੀ ਆ। ਸੋ ਸੁਚੇਤ ਰਹਿਣ ਜੇ ਕੋਈ ਉੱਥੇ ਘੁੰਮਣ ਫਿਰਨ ਵੀ ਜਾ ਰਿਹਾ। ਵੈਸੇ ਮੀਂਹ ਦੇ ਦੇਣਾ ਥੋੜ੍ਹਾ ਸਾਵਧਾਨੀ ਜਿਹੜਾ ਰਿਹਾ ਜਾਵੇ। ਹਾਈਡਰੋਪਲੇਨਿੰਗ ਬਹੁਤ ਜ਼ਿਆਦਾ ਹੁੰਦੀ ਆ। ਹਾਈਡਰੋਪਲੇਨਿੰਗ ਉਹ ਹੁੰਦੀ ਜਦੋਂ ਪਾਣੀ ਖੜ੍ਹਾ ਹੁੰਦਾ ਆ ਰੋਡ ਦੇ ਉੱਤੇ, ਅਤੇ ਉੱਤੋਂ ਜੇ ਤੁਹਾਡੀ ਗੱਡੀ ਤੇਜ਼ ਆ ਰਹੀ ਆ ਅਤੇ ਟਾਇਰ ਨੂੰ ਟਰੈਕਸ਼ਨ ਨਹੀਂ ਮਿਲਣੀ, ਅਤੇ ਉਹ ਫਿਰ ਸਲਿਪ ਕਰ ਜਾਂਦੀ। ਕਈ ਵਾਰੀ ਓਪੋਜ਼ਿਟ ਟ੍ਰੈਫਿਕ ਦੇ ਵਿੱਚ ਬੰਦਾ ਜਾ ਵੱਜਦਾ, ਡਿਵਾਈਡਰ 'ਚ, ਬੈਰੀਅਰ 'ਚ ਵੱਜ ਜਾਂਦਾ, ਵਿਚਕਾਰ ਕਈ ਵਾਰੀ ਦੋ ਜਿਹੜੀਆਂ ਜਿਹੜੇ ਹਾਈਵੇ ਚੱਲ ਰਹੇ ਉਹਦੇ ਵਿਚਕਾਰ ਫਸ ਜਾਂਦਾ ਆ। ਸੋ ਬਹੁਤ ਧਿਆਨ ਦੇ ਨਾਲ ਜਿਹੜਾ ਜਾਓ, ਅਤੇ ਸਪੀਡ ਜਿਹੜੀ ਆ ਜਿਹੜੀ ਆਪਣੀ ਕੰਟਰੋਲ ਦੇ ਵਿੱਚ ਐਕਸਟਰਾ ਜਿਹੜਾ ਅੱਧਾ ਘੰਟਾ ਲੈ ਕੇ ਹੀ ਜਿਹੜਾ ਉਹ ਚੱਲਿਆ ਜਾਵੇ। ਬਿਲਕੁਲ, 1-3 ਇੰਚ ਤੱਕ ਜਿਹੜੀ ਰੇਨ ਜਿਹੜੀ ਮੀਂਹ ਪੈਣ ਦੇ ਆਸਾਰ ਹੈਗੇ ਆ ਰੈਡਿੰਗ, ਸੈਨ ਫਰਾਂਸਿਸਕੋ, ਸੈਕਰਾਮੈਂਟੋ, ਸੈਂਟਾ ਰੋਜ਼ਾ ਦੇ ਏਰੀਆ ਦੇ ਵਿੱਚ, ਅਤੇ ਫਲੈਸ਼ ਫਲੱਡਿੰਗ ਦੀ ਵੀ ਵਾਰਨਿੰਗ ਹੈਗੀ ਆ। ਅਤੇ ਇਸ ਇੱਦਾਂ ਹੀ ਜਿਹੜਾ ਸੈਨ ਫਰਾਂਸਿਸਕੋ ਦਾ ਇੰਟਰਨੈਸ਼ਨਲ ਏਅਰਪੋਰਟ ਆ, ਜਿਹੜੇ ਜਾ ਰਹੇ ਜਾਂ ਆ ਰਹੇ, ਕਹਿੰਦੇ ਫਲਾਈਟਾਂ ਡਿਲੇ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਸੋ ਅਗਰ ਕੋਈ ਤੁਹਾਡਾ ਦੋਸਤ ਮਿੱਤਰ ਆ ਰਿਹਾ ਜਾਂ ਰਿਸ਼ਤੇਦਾਰ ਲੈਣ ਜਾ ਰਹੇ ਆ ਜਾਂ ਚੜ੍ਹਾਉਣ ਜਾ ਰਹੇ ਆ, ਤਾਂ ਤੁਹਾਨੂੰ ਪਹਿਲਾਂ ਪਹੁੰਚਣਾ ਚਾਹੀਦਾ। ਹਾਈਵੇ 5 ਜਿਹੜਾ ਹੈਗਾ ਆ, ਜਿਹੜਾ ਬਹੁਤ ਹੀ ਬਿਜ਼ੀ ਹਾਈਵੇ ਹੈਗਾ, ਜਿਹੜਾ ਕੈਨੇਡਾ ਨੂੰ ਜਿਹੜਾ ਮੈਕਸੀਕੋ ਦੇ ਨਾਲ ਕਨੈਕਟ ਕਰਦਾ ਹੈਗਾ, ਬਿਲਕੁਲ ਕੈਲੀਫੋਰਨੀਆ ਦੇ ਵਿੱਚੋਂ ਜਾਂਦਾ, ਕਹਿੰਦੇ ਉੱਥੇ ਜਿਹੜੀ ਵਿਜ਼ੀਬਿਲਿਟੀ ਆ ਕਾਫੀ ਘੱਟ ਹੈਗੀ ਆ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਆ, ਖਾਸ ਕਰਕੇ ਟਰੱਕਰ ਜਿਹੜੇ ਆ ਉਹ ਬੜੇ ਧਿਆਨ ਨਾਲ ਚਲਾਉਣ। ਅਤੇ ਕਹਿੰਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਮੀਂਹ ਦਾ, ਵੀ ਬਹੁਤ ਸਾਰੇ ਜਿਹੜੇ ਏਰੀਏ ਜਿਹੜੇ ਹੈਗੇ ਆ ਪਾਣੀ ਇਕੱਠਾ ਹੋ ਜਾਂਦਾ ਹੈਗਾ ਆ, ਅਤੇ ਜੇ ਤੁਹਾਨੂੰ ਲੱਗਦਾ ਹੈ ਵੀ ਪਾਣੀ ਬਹੁਤ ਜ਼ਿਆਦਾ ਆ ਅਤੇ ਤੁਹਾਨੂੰ ਆਲਟਰਨੇਟਿਵ ਯੂਜ਼ ਕਰਨਾ ਚਾਹੀਦਾ ਆ, ਅਤੇ ਬਹੁਤ ਹੀ ਧਿਆਨ ਦੇ ਨਾਲ ਚੱਲਣਾ ਚਾਹੀਦਾ ਜੀ। ਅਤੇ ਆਪਾਂ ਜਿਹੜੀ ਹੁਣ ਆਪਾਂ ਅਗਲੀ ਜਿਹੜੀ ਵੱਡੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀ ਹਰਜੋਤ ਸਿੰਘ ਜੀ, ਅੱਜ ਅਮਰੀਕਾ ਨੇ ਰਸ਼ੀਅਨ ਓਲੀਗਾਰਕਸ ਅਤੇ ਉਹਨਾਂ ਦੇ ਕਈ ਓਫੀਸ਼ੀਅਲਸ ਦੇ ਉੱਤੇ ਇਲੈਕਸ਼ਨ ਇੰਟਰਫੇਰੈਂਸ ਦੇ ਮੱਦੇਨਜ਼ਰ ਦੇਖਦੇ ਹੋਏ ਉਹਨਾਂ ਨੇ ਕਾਫੀ ਵੱਡੇ ਜਿਹੜੇ ਸੈਂਕਸ਼ਨਸ ਆ ਉਹਨਾਂ ਦੇ ਉੱਤੇ ਰੋਕਾਂ ਜਿਹੜੀਆਂ ਲਾਈਆਂ ਆ। 38 ਰਸ਼ੀਅਨ ਓਲੀਗਾਰਕ ਅਤੇ ਉਹਨਾਂ ਦੇ ਗੌਰਮੈਂਟ ਓਫੀਸ਼ੀਅਲ, ਬਿਜ਼ਨਸ ਐਂਟੀਟੀਜ਼, ਉਹਨਾਂ ਦੇ ਉੱਤੇ ਜਿਹੜੇ ਇਹਨਾਂ ਨੇ ਜਿਹੜੀਆਂ ਕਈ ਤਰੀਕੇ ਦੀਆਂ ਜਿਹੜੀਆਂ ਸੈਂਕਸ਼ਨਸ ਲਾਈਆਂ, ਇਹ ਹਵਾਲਾ ਦਿੰਦੇ ਹੋਏ ਵੀ ਜਿਹੜਾ ਕ੍ਰੈਮਲਿਨ ਆ ਉਹ ਇੱਕ ਤਾਂ ਯੂਕਰੇਨ ਦੇ ਵਿੱਚ, ਸਿਰੀਆ ਦੇ ਵਿੱਚ ਉੱਥੋਂ ਦੀ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਜਿਹੜੇ ਆਪਣੇ ਚੀਜ਼ਾਂ ਦੇ ਨਾਲ ਜਿਹੜਾ ਖਤਰਾ ਪਾ ਰਿਹਾ ਆ ਉਸ ਦਾ ਇਹ ਨਤੀਜਾ ਆ। ਅਤੇ ਨਾਲ ਦੇ ਨਾਲ ਜਿਹੜਾ ਔਨਲਾਈਨ ਕੈਂਪੇਨ ਉਹਨਾਂ ਨੇ ਅਮਰੀਕਾ ਦੇ ਵਿੱਚ ਵੀ ਜਿਹੜੇ ਚਲਾਏ ਸੀ, ਜਿਸ ਦੇ ਵਿੱਚ ਚਾਹੇ ਉਹਨਾਂ ਨੇ ਗਲਤ ਖਬਰਾਂ ਜਿਹੜੀਆਂ ਉਸ ਦੇ ਵਿੱਚ ਪੇਸ਼ ਕੀਤੀਆਂ ਜਾਂ ਲੋਕਾਂ ਦਾ ਧਿਆਨ
ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਸ ਦੇ ਮੱਦੇਨਜ਼ਰ 38 ਜਾਣਿਆਂ ਦੇ ਉੱਤੇ ਜਿਹੜੀ ਇਹ ਗਾਜ ਡਿੱਗੀ। ਬਿਲਕੁਲ, ਸੋ ਓਲੀਗਾਰਕ ਦਾ ਮਤਲਬ ਦੱਸਦੇ ਜਾਈਏ, ਬਹੁਤ ਸਾਰੇ ਜਿਹੜੇ ਆਪਣੇ ਸੋਤਿਆਂ ਨੂੰ ਪਤਾ ਨਹੀਂ ਲੱਗਣਾ ਵੀ ਜਿਹੜੇ ਕਹਿੰਦੇ ਵੀ ਬਹੁਤ ਰਿਚ ਬੰਦੇ ਹੈਗੇ ਰਸ਼ੀਆ, ਜਿਨ੍ਹਾਂ ਦਾ ਪੋਲੀਟੀਕਲ ਇਨਫਲੂਐਂਸ ਵੀ ਜ਼ਿਆਦਾ ਹੈਗਾ, ਬਹੁਤ ਅਮੀਰ ਵੀ ਆ ਅਤੇ ਪੋਲੀਟੀਕਲੀ ਵੀ ਕਾਫੀ ਉਹ ਇਨਵੋਲਵ ਹੈਗੇ ਆ। ਸੋ ਇਹਦੇ ਨਾਲ ਕਿਉਂਕਿ ਕੁਛ ਕੁ ਇੱਕ ਦੋ ਬੰਦੇ ਇੱਦਾਂ ਦੇ ਵੀ ਇਨਵੋਲਵ ਹੋਏ ਜਿਹਦੇ ਵਿੱਚ ਪ੍ਰੈਜੀਡੈਂਟ ਟਰੰਪ ਦੇ ਸਨ ਜਿਹੜੇ ਹੈਗੇ ਜੂਨੀਅਰ, ਉਹਨਾਂ ਦੇ ਨਾਲ ਵੀ ਉਹਨਾਂ ਦੇ ਕੋਈ ਬਿਜ਼ਨਸ ਰਿਲੇਸ਼ਨ ਸੀਗੇ। ਤੇ ਸੋ ਕਹਿੰਦੇ ਵੀ ਆਉਣ ਵਾਲੇ ਕੁਛ ਕੁ ਦਿਨਾਂ 'ਚ ਪਤਾ ਲੱਗੂਗਾ ਵੀ ਰਸ਼ੀਆ ਹੁਣ ਕਿਸ ਤਰ੍ਹਾਂ ਰਿਟੈਲੀਏਟ ਕਰੂਗਾ। ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਡਿਪਲੋਮੈਟ ਕੱਢੇ ਗਏ ਸੀ, ਫਿਰ ਰਸ਼ੀਆ ਨੇ ਯੂਐਸ ਦੇ ਵੀ ਕੱਢੇ, ਹੋਰ ਮੁਲਕਾਂ ਦੇ ਵੀ ਕੱਢੇ, ਪਰ ਹੁਣ ਜਦੋਂ ਹੁਣ ਸੈਂਕਸ਼ਨਸ ਇਹਨਾਂ ਬਿਜ਼ਨਸਮੈਨਾਂ ਦੇ ਉੱਤੇ ਲਾਈਆਂ ਹੈਗੀਆਂ ਤੇ ਇਹਦਾ ਜਿਹੜਾ ਹੁਣ ਰਿਟੈਲੀਏਸ਼ਨ ਆ ਉਹ ਕਿਸ ਤਰ੍ਹਾਂ ਕਰਨਗੇ। ਜੀ, ਤੇ ਹਰਜੋਤ ਸਿੰਘ ਜੀ ਦੱਸ ਜੀ ਇਹਦੇ ਵਿੱਚ ਜਿਹੜਾ ਇੱਕ ਕਿਰਿਲ ਸ਼ਾਮਲੋਵ ਨਾਂ ਦਾ ਜਿਹੜਾ ਇਹ ਬੰਦਾ ਆ, ਇਹ ਰਸ਼ੀਅਨ ਪ੍ਰੈਜੀਡੈਂਟ ਵਲਾਦੀਮਿਰ ਪੁਤਿਨ ਦਾ ਜਿਹੜਾ ਜਵਾਈ ਆ ਜੀ, ਇਹਦਾ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ ਪੈਰਾਡਾਈਸ ਪੇਪਰਸ ਜਿਹੜੇ ਲੀਕ ਹੋਏ ਸੀ ਉਹਦੇ ਵਿੱਚ ਨਾਮ ਜਿਹੜਾ ਇਸ ਟਾਈਮ US ਦਾ ਕਾਮਰਸ ਸਕੱਤਰ ਜਿਹੜਾ ਹੈਗਾ ਵਿਲਬਰ ਰੌਸ, ਉਸ ਦੇ ਨਾਲ ਵੀ ਜੇ ਕਿਤੇ ਨਾ ਕਿਤੇ ਜਿਹੜਾ ਇਹ ਜੁੜ ਰਿਹਾ ਆ। ਸੋ ਕਈ ਅਜਿਹੇ ਲੋਕ ਇਸ ਦੇ ਵਿੱਚ ਨੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਬੰਦਿਆਂ ਦੇ ਨਾਲ ਜਿਹੜੇ ਉਹਨਾਂ ਦੇ ਹਿਸਾਬ ਦੇ ਨਾਲ ਸਿੱਧੇ ਜਾਂ ਸਿੱਧੇ ਜਿਹੜੇ ਤਾਲੁਕਾਤ ਜਿਹੜੇ ਆ ਉਹ ਰਹੇ ਨੇ। ਇਹੀ ਨਹੀਂ, ਜਿੱਦਾਂ ਇਹ ਨਾਮ ਜਿਹਦੇ ਵਿੱਚ ਆਪਾਂ ਜਿਹਦਾ ਲਿਆ ਆ ਉਹ ਵੀ ਜਿਹੜੇ ਰਸ਼ੀਅਨ ਪ੍ਰੈਜੀਡੈਂਟ ਦੇ ਜਿਹੜੇ ਜਵਾਈ ਆ, ਉਹ ਤੋਂ ਇਲਾਵਾ ਵੀ ਹੋਰ ਕਈ ਜਿਹੜੇ ਓਲੀਗਾਰਕਸ ਨੇ ਉੱਥੇ ਜਿਹੜੇ ਸਿੱਧਾ ਇਨਫਲੂਐਂਸ ਰੱਖਦੇ ਨੇ ਵਲਾਦੀਮਿਰ ਪੁਤਿਨ ਦੇ ਉੱਤੇ ਵੀ। ਸੋ ਇੱਕ ਬਹੁਤ ਵੱਡਾ ਜਿਹੜਾ ਸਟੈਪ ਆ ਜਿਹੜੇ ਕਹਿ ਸਕਦੇ ਹਾਂ ਵੀ ਅਮਰੀਕਾ ਦੀ ਜਿਹੜੀ ਸਰਕਾਰ ਆ ਇਹਨਾਂ ਨੇ ਲਿਆ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਦੀ ਰਿਟੈਲੀਏਸ਼ਨ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਕਰੂਗਾ ਤਾਂ ਸਹੀ ਜ਼ਰੂਰ ਜਿਹੜਾ ਰਸ਼ੀਆ ਆ, ਪਰ ਕਿਹੜੀ ਹੋਊਗੀ ਇਹ ਕਿੱਦਾਂ ਦੀਆਂ ਉਹ ਜਿਹੜੀਆਂ ਉੱਧਰੋਂ ਉੱਧਰੋਂ ਸੈਂਕਸ਼ਨਸ ਲਾਉਣਗੇ ਇਹ ਦੇਖਣ ਵਾਲੀ ਗੱਲ ਜ਼ਰੂਰ ਰਹੇਗੀ। ਬਿਲਕੁਲ, ਜੇ ਅਗਲੀ ਖਬਰ ਵੱਲ ਚੱਲੀਏ, ਪਿਛਲੇ ਕੁਝ ਦਿਨਾਂ ਦੇ ਉੱਤੋਂ ਜਿਹੜਾ ਟ੍ਰੇਡ ਦੀ ਜਿਹੜਾ ਵਾਰ ਚੱਲ ਰਿਹਾ ਹੈਗਾ ਚਾਈਨਾ ਦੇ ਨਾਲ USA ਦਾ, ਹੁਣ ਫਿਰ ਇੱਕ ਵਾਰੀ ਗਰਮਾਇਆ ਪਿਆ ਕਿਉਂਕਿ ਪਰਸੋਂ ਜਿਹੜਾ ਚਾਈਨਾ ਨੇ $100 billion ਦਾ ਜਿਹੜਾ ਲਾਇਆ ਸੀ ਹਾਂਜੀ 50 million ਦਾ, ਤੇ ਹੁਣ ਜਿਹੜਾ ਆ USA ਨੇ 100 ਦਾ ਹੋਰ ਜਿਹੜਾ ਆ ਲਾ ਦਿੱਤਾ ਹੈਗਾ ਲਾਉਣ ਦੀ। ਜਿਹੜੀ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੇ ਪ੍ਰਪੋਜ਼ਲ ਜਿਹੜਾ ਰੱਖਿਆ ਵੀ ਕਹਿੰਦੇ ਵੀ ਉਹਨਾਂ ਨੇ ਇੱਕ ਹਿਸਾਬ ਨਾਲ ਧਮਕੀ ਦਿੱਤੀ ਆ ਵੀ ਤੁਹਾਡੇ ਜਿਹੜੇ ਹੋਰ ਜਿਹੜੇ ਉਤਪਾਦ ਇੱਥੇ ਪਹੁੰਚਦੇ ਆ ਉਹਨਾਂ ਦੇ ਉੱਤੇ 100 billion ਤੱਕ ਦਾ ਜਿਹੜਾ ਟੈਰਿਫ ਆ ਉਹ ਲਾ ਸਕਦੇ ਆ। ਤੇ ਇਸੇ ਨੂੰ ਹਰਜੋਤ ਸਿੰਘ ਜੀ ਦੇਖਦੇ ਹੋਏ ਅੱਜ ਸਟਾਕ ਮਾਰਕੀਟ ਨੇ ਚੰਗੀ ਛਾਲ ਮਾਰੀ ਆ ਥੱਲੇ ਨੂੰ, 400 points ਤੋਂ ਆਲਰੇਡੀ ਜ਼ਿਆਦਾ ਜਿਹੜੀ ਆ ਉਹ ਡਿੱਗ ਚੁੱਕੀ ਆ। ਕਿਤੇ ਨਾ ਕਿਤੇ ਮਾਰਕੀਟ ਨੂੰ ਮਾਰਕੀਟ ਦੇ ਵਿੱਚ ਲੋਕਾਂ ਦਾ ਭਰੋਸਾ ਥੋੜ੍ਹਾ ਜਿਹਾ ਜਿਹੜਾ ਇਸ ਦੇ ਵਿੱਚ ਘੱਟ ਆ ਰਿਹਾ ਆ। ਸੋ ਇਸ ਲਈ ਲੋਕ ਜਿਹੜੇ ਆਪਣੇ ਡਾਲਰ ਕਢਾਉਣੇ ਸ਼ੁਰੂ ਕਰ ਰਹੇ ਨੇ ਵੀ ਕਿਤੇ ਇਹ ਨਾ ਹੋਵੇ ਵੀ ਕੰਮ ਜਿਹੜਾ ਡਾਊਨਵਰਡ ਸਪਾਇਰਲ ਜਿਹੜਾ ਉਹ ਚੱਲੇ ਵੀ ਜਿਸ ਕਰਕੇ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਡਾਲਰ ਆ ਉਹ ਮਾਰੇ ਜਾਣ। ਪਰ ਇਸ ਦੇ ਉੱਤੇ ਹਰਜੋਤ ਸਿੰਘ ਜੀ ਨਾਲ ਹੀ ਚਾਈਨਾ ਨੇ ਵੀ ਜਿਹੜਾ ਬਿਆਨ ਉਹ ਦੇ ਦਿੱਤਾ ਵੀ ਜੇ ਇੱਦਾਂ ਦੀ ਇਹ $100 billion ਵਾਲੀ ਤੁਸੀਂ ਨਵੇਂ ਟੈਰਿਫ ਲਾਉਣ ਦੀ ਗੱਲ ਕਰਦੇ ਹੋ ਤਾਂ ਚੁੱਪ ਅਸੀਂ ਵੀ ਨਹੀਂ ਬਹਿਣਾ, ਅਸੀਂ ਵੀ ਤੁਹਾਡੇ ਹੋਰ ਜਿਹੜੇ ਪ੍ਰੋਡਕਟਸ ਆ ਉਹਨਾਂ ਉੱਤੇ ਜਿਹੜੇ ਟੈਰਿਫ ਆ ਉਹ ਲਾਵਾਂਗੇ। ਇਸ ਦੇ ਉੱਤੇ ਪਿਛਲੇ ਕੁਛ ਦਿਨ ਪਹਿਲਾਂ ਜਿਹੜੇ ਸਾਰਾ ਹਕਬੀ ਸੈਂਡਰਸ ਨੇ ਵਾਈਟ ਹਾਊਸ ਦੇ ਕੋਰਸਪੋਂਡੈਂਟ ਜਿਹੜੇ ਮੇਨ ਹੈਗੇ ਨੇ ਪ੍ਰੈਸ ਸਕੱਤਰ ਉਹਨਾਂ ਨੇ ਕਿਹਾ ਵੀ ਇਹ ਸ਼ਾਰਟ ਟਰਮ ਇੱਦਾਂ ਲੱਗ ਰਿਹਾ ਵੀ ਇਹ ਮਾੜਾ ਕੰਮ ਆ, ਪਰ ਓਵਰਆਲ ਇਨ ਲੌਂਗਰ ਪੀਰੀਅਡ ਆਫ ਟਾਈਮ ਲੌਂਗਰ ਰਨ ਇਹ ਇੱਕ ਬਹੁਤ ਵਧੀਆ ਚੀਜ਼ ਜਿਹੜੀ ਅਮਰੀਕਾ ਦੇ ਲਈ ਸਾਬਤ ਹੋਊਗੀ। ਰਾਸ਼ਟਰਪਤੀ ਟਰੰਪ ਨੇ ਵੀ ਆਪਣੇ ਟਵੀਟਸ ਦੇ ਵਿੱਚ ਜ਼ਿਕਰ ਕੀਤਾ ਵੀ ਆਲਰੇਡੀ $500 billion ਦੇ ਘਾਟੇ ਦੇ ਵਿੱਚ ਆ, ਅਸੀਂ ਇਸ ਤੋਂ ਜ਼ਿਆਦਾ ਹੋਰ ਕੀ ਹਾਰ ਸਕਦੇ। ਜੀ ਬਿਲਕੁਲ, ਜਿਸ ਤੋਂ ਤੁਸੀਂ ਦੱਸਿਆ ਹੈ ਵੀ ਉਹਨਾਂ ਨੇ ਟਵੀਟ ਕੀਤਾ $500 billion ਜਿਹੜਾ US ਆ ਹਰ ਸਾਲ ਉਹ ਜਿਹੜਾ ਟ੍ਰੇਡ ਡੈਫੀਸਿਟ 'ਚ ਜਾਂਦਾ ਆ, ਅਤੇ ਉਹ ਕਹਿੰਦੇ ਵੀ ਇੰਟਲੈਕਚੁਅਲ ਪ੍ਰੋਪਰਟੀ ਥੈਫਟ $300 billion ਦਾ ਆ। ਉਹ ਸਾਨੂੰ ਸਾਰਿਆਂ ਨੂੰ ਪਤਾ ਵੀ ਕਿਸ ਤਰ੍ਹਾਂ US ਦੇ ਜਿਹੜੇ ਪ੍ਰੋਪਰਟੀ ਹੈਗੇ ਜਿਸ ਤਰ੍ਹਾਂ ਦੇ ਕਿੱਦਾਂ ਦੇ ਪ੍ਰੋਗਰਾਮ ਆ ਸਾਰੇ ਕੁਛ ਉਹ ਚਾਈਨਾ ਵਾਲੇ ਚੋਰੀ ਕਰਕੇ ਕਾਪੀ ਕਰਕੇ ਗਾਹਾਂ ਦੇ ਗਾਹਾਂ ਵੇਚਦੇ ਆ, ਰਾਈਟ। ਸੋ ਉਹ ਕਹਿੰਦੇ ਵੀ ਅਸੀਂ ਵਾਰ ਦੇ ਪ੍ਰੈਜੀਡੈਂਟ ਟਰੰਪ ਕਹਿੰਦੇ ਆ ਵੀ ਅਸੀਂ ਚਾਈਨਾ ਦੇ ਨਾਲ ਟ੍ਰੇਡ ਵਾਰ 'ਚ ਨਹੀਂ ਆ, ਵੀ ਉਹ ਵਾਰ ਤਾਂ ਜਿਹੜੀ ਆ ਬਹੁਤ ਸਾਲ ਪਹਿਲਾਂ ਲੋਸਟ ਹੋ ਗਈ ਸੀ, ਜਿਹੜੇ ਕਿ ਉਸ ਟਾਈਮ ਦੇ ਉੱਤੇ ਮੂਰਖ ਅਤੇ ਇਨਕੰਪੀਟੈਂਟ ਲੋਕ ਸੀਗੇ ਜਿਨ੍ਹਾਂ ਨੇ US ਨੂੰ ਰੀਪ੍ਰਜੈਂਟ ਕੀਤਾ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਠੀਕ ਆ ਥੋੜ੍ਹੇ ਸਮੇਂ ਦੇ ਲਈ ਤੁਹਾਨੂੰ ਦਰਦ ਜ਼ਰੂਰ ਹੋਊਗਾ, ਲਿਟਲ ਪੇਨ ਜ਼ਰੂਰ ਹੋਊਗੀ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ, ਪਰ ਲੌਂਗ ਰਨ ਦੇ ਵਿੱਚ ਜਿਹੜਾ ਆ ਇਹ ਸਾਡੇ ਲਈ ਬੈਟਰ ਰਹੇਗਾ।
ਪਰ ਬਹੁਤ ਸਾਰੀਆਂ ਜਿਹੜੀਆਂ, ਜੇ ਥੋੜ੍ਹਾ ਜਿਹਾ ਆਪਾਂ ਟਾਈਮ ਫਰੇਮ ਦੱਸਦੇ ਜਾਈਏ, ਸਭ ਤੋਂ ਪਹਿਲਾਂ USA ਨੇ ਸਟੀਲ ਅਤੇ ਐਲਮੀਨੀਅਮ ਦੇ ਉੱਤੇ ਟੈਰਿਫ ਲਾਇਆ, ਫਿਰ ਚਾਈਨਾ ਨੇ ਜਿਹੜੀ ਵਾਈਨ ਆ ਪੋਰਕ ਅਤੇ ਪਾਈਪਸ ਦੇ ਉੱਤੇ ਲਾਇਆ, ਉਹ ਤੋਂ ਬਾਅਦ ਫਿਰ ਪ੍ਰੈਜੀਡੈਂਟ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਲੈਕਟ੍ਰੋਨਿਕਸ ਦੇ ਉੱਤੇ ਲਾਇਆ, ਉਹ ਤੋਂ ਬਾਅਦ ਫਿਰ ਚਾਈਨਾ ਵਾਲਿਆਂ ਨੇ ਫਿਰ ਸੋਇਆਬੀਨ ਕਾਰਜ਼ ਅਤੇ ਕੈਮੀਕਲ ਜਿਹੜੇ USA ਤੋਂ ਜਾਂਦੇ ਹੈਗੇ ਉਹਨਾਂ ਦੇ ਉੱਤੇ ਲਾਇਆ ਹੈਗਾ ਟੈਰਿਫ। ਸੋ ਕਾਫ਼ੀ ਗਰਮਾਇਆ ਹੋਇਆ ਇਹ ਮਾਹੌਲ, ਜਿਹਦੇ ਨਾਲ ਜਿਹੜੀ ਸਟੋਕ ਮਾਰਕੀਟ ਆ ਉਹ ਵੀ ਜਿੱਦਾਂ ਬੁਰੀ ਤਰ੍ਹਾਂ ਸ਼ੇਕੀ ਹੋਈ ਪਈ ਹੈਗੀ ਆ। ਜੀ ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਸਾਊਥ ਕੋਰੀਆ ਤੋਂ ਜਿਹੜੀ ਇਹ ਖਬਰ ਆ ਰਹੀ ਆ, ਜਿੱਥੇ ਸਾਬਕਾ ਉੱਥੋਂ ਦੀ ਜਿਹੜੀ ਰਾਸ਼ਟਰਪਤੀ ਪਾਰਕ ਗੁਇਨ ਹੋਈ, ਉਸ ਨੂੰ 24 ਸਾਲ ਦੀ ਜਿਹੜੀ ਆ ਕੈਦ ਆ ਉਹ ਹੋ ਚੁੱਕੀ ਆ। ਉੱਥੋਂ ਦਾ ਜਿਹੜਾ ਕੌਨਸਟੀਟਿਊਸ਼ਨਲ ਕੋਰਟ ਆ, ਉਹਨਾਂ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਦੇ ਵਿੱਚ ਇਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ, ਜਿਹੜਾ ਇਹਨਾਂ ਦਾ ਸਕੈਂਡਲ ਜਿਹੜਾ ਚੱਲਿਆ ਸੀਗਾ ਵੀ ਬਹੁਤ ਵੱਡੇ ਵੱਡੇ ਜਿਹੜੇ ਕਹਿ ਲਓ ਵੀ ਬਿਜ਼ਨਸ ਘਰਾਣੇ ਆ ਜਾਂ ਬਿਜ਼ਨਸ ਗਰੁੱਪ ਆ ਉਹਨਾਂ ਦੇ ਨਾਲ ਮਿਲ ਜੁਲ ਕੇ ਜਿਹੜਾ ਇਹ ਕੰਮ ਕਰ ਰਹੇ ਸੀ, ਅਤੇ ਉਹਨਾਂ ਨੇ ਆਪਣੀ ਜਿਹੜੀ ਰਾਸ਼ਟਰਪਤੀ ਦੇ ਅਹੁਦੇ ਦਾ ਅਤੇ ਉਹਨਾਂ ਦੀਆਂ ਪਾਵਰਸ ਦਾ ਜਿਹੜਾ ਦੁਰਉਪਯੋਗ ਕੀਤਾ ਆ, ਬਰਾਈਬਰੀ, ਰਿਸ਼ਵਤ, ਅਬਿਊਜ਼ ਆਫ ਪਾਵਰ, ਕੋਇਰਜਨ ਦੇ ਜਿਹੜੇ ਦੋਸ਼ ਲੱਗੇ ਸੀ। ਤਕਰੀਬਨ 18 ਬਿਲੀਅਨ ਉੱਥੋਂ ਦੀ ਜਿਹੜੀ ਕਰੰਸੀ, ਜੋ ਕਿ ਅਮਰੀਕਾ ਦੀ ਤਕਰੀਬਨ 17 ਬਿਲੀਅਨ ਡਾਲਰ ਜਿਹੜੇ ਉਹ ਬਣ ਜਾਂਦੇ ਆ, ਉਹ ਉਹਨਾਂ ਜਿਹੜਾ ਉਹਨਾਂ ਨੇ ਫਾਈਨ ਵੀ ਜਿਹੜਾ ਇਹਨਾਂ ਨੂੰ ਠੋਕਿਆ ਆ, ਅਤੇ ਨਾਲ 24 ਜਿਹੜੀ ਸਾਲ ਦੀ ਜਿਹੜੀ ਸਜ਼ਾ ਵੀ ਇਸ ਟਾਈਮ ਸੁਣਾਈ ਆ, ਜੋ ਕਿ ਇੱਕ ਵੱਡੀ ਹਰਜੋਤ ਸਿੰਘ ਜੀ ਗੱਲ ਆ ਵੀ ਸਾਬਕਾ ਰਾਸ਼ਟਰਪਤੀਆਂ ਨੂੰ, ਸਾਬਕਾ ਪ੍ਰਧਾਨ ਮੰਤਰੀਆਂ ਨੂੰ, ਸਾਬਕਾ ਜਿਹੜੇ ਆ ਹੋਰ ਛੋਟੇ ਮੋਟੇ ਅਹੁਦੇ ਵਾਲਿਆਂ ਨੂੰ ਕਦੀ ਕਈ ਬਹੁਤ ਘੱਟ ਜਿਹੜਾ ਇੱਦਾਂ ਦੀਆਂ ਚੀਜ਼ਾਂ ਸੁਣਨ ਨੂੰ ਮਿਲਦਾ, ਅਤੇ ਇੱਕ ਮੈਂ ਕਹਿੰਦਾ ਵੀ ਚੰਗੀ ਉਦਾਹਰਨ ਸਾਊਥ ਕੋਰੀਆ ਨੇ ਜਿਹੜੀ ਉਹ ਪੇਸ਼ ਕੀਤੀ ਆ, ਜੇ ਸਾਰੇ ਜਣੇ ਜਿਹੜਾ ਵੀ ਕੋਈ ਇੱਦਾਂ ਦੁਰਉਪਯੋਗ ਕਰਦਾ ਆਪਣੀਆਂ ਪਾਵਰਾਂ ਦਾ, ਤਾਕਤਾਂ ਦਾ, ਅਤੇ ਉਸ ਨੂੰ ਉਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ। ਅਤੇ ਅਗਲੀ ਹੋਰ ਵੱਲ ਚੱਲੀਏ, ਜਿਹੜੇ ਪ੍ਰੈਜੀਡੈਂਟ ਟਰੰਪ ਹੈਗੇ ਆ, ਉਹਨਾਂ ਨੇ ਫਿਰ ਇੱਕ ਰੇਡੀਓ ਇੰਟਰਵਿਊ ਦੇ ਵਿੱਚ ਕਿਹਾ ਆ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਵਾਈਟ ਹਾਊਸ ਕਰਸਪੋਂਡੈਂਟਸ ਦਾ ਡਿਨਰ ਹੁੰਦਾ ਹੈਗਾ ਆ ਉਹ ਅਟੈਂਡ ਨਹੀਂ ਕਰਨਗੇ, ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੀ ਹੈਗੀ ਆ ਉਹਨਾਂ ਦੀ ਪ੍ਰੈਸ ਸੈਕਟਰੀ ਸਾਰਾ ਹਕਵੀ ਸੈਂਡਰਸ ਉਹ ਜਿਹੜੇ ਜੀ ਬਿਲਕੁਲ। ਪਿਛਲੇ ਸਾਲ ਵੀ ਇਹਨਾਂ ਨੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਜਿਹੜਾ ਵਾਈਟ ਹਾਊਸ ਦਾ ਕੋਰਸਪੋਂਡੈਂਟ ਡਿਨਰ ਜਿਹੜਾ ਆ ਉਹ ਸਕਿੱਪ ਕੀਤਾ ਸੀ, ਉਸ ਦੇ ਵਿੱਚ ਉਹ ਗਏ ਨਹੀਂ ਸੀ, ਉਹ ਕਹਿੰਦੇ ਸੀ ਇਹ ਵੇਸਟ ਆਫ ਟਾਈਮ ਆ, ਇਹਦਾ ਜਿਹੜਾ ਆ ਕੋਈ ਮਤਲਬ ਨਹੀਂ ਬਣਦਾ, ਜਦਕਿ ਜਦੋਂ ਪਹਿਲੇ ਵਾਈਟ ਹਾਊਸ ਦੇ ਕੋਰਸਪੋਂਡੈਂਟ ਡਿਨਰ ਹੁੰਦੇ ਰਹੇ ਖੁਦ ਵੀ ਜਿਹੜੇ ਆ ਮੌਜੂਦ ਉੱਥੇ ਹੁੰਦੇ ਸੀਗੇ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜਿਹੜਾ ਨਜ਼ਰ ਮਾਰੀਏ, ਪਿਛਲੇ ਦਿਨਾਂ ਦੇ ਵਿੱਚ ਆਪਾਂ ਜਾਣਦੇ ਹਾਂ ਵੀ ਕਿੱਦਾਂ ਰਾਸ਼ਟਰਪਤੀ ਟਰੰਪ ਦੇ ਕਥਿਤ ਜਿਹੜਾ ਉਹਨਾਂ ਦਾ ਸੰਬੰਧ ਰਹੇ ਆ ਇੱਕ ਪੌਨ ਸਟਾਰ ਦੇ ਨਾਲ ਸਟੋਰਮੀ ਡੈਨੀਅਲਸ, ਉਸ ਨਾਲ ਕਾਫ਼ੀ ਜਿਹੜਾ ਵਿਵਾਦ ਛਿੜਿਆ ਸੀ, ਉਹ NDA ਜਿਹੜਾ ਨੋਨ ਡਿਸਕਲੋਜਰ ਐਗਰੀਮੈਂਟ ਆ ਉਸ ਨੂੰ ਲੈ ਕੇ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਇਹ ਦਾਅਵਾ ਕੀਤਾ ਵੀ ਕਹਿੰਦੇ ਮੈਨੂੰ ਨਹੀਂ ਪਤਾ ਵੀ ਮੇਰੇ ਪਰਸਨਲ ਲਾਇਰ ਨੇ ਉਸ ਔਰਤ ਨੂੰ ਇਸ ਸੰਬੰਧਾਂ ਦੇ ਬਾਰੇ ਚੁੱਪ ਰਹਿਣ ਦੇ ਲਈ ਜਿਹੜਾ ਤਕਰੀਬਨ $1,30,000 ਜਿਹੜਾ ਆ ਆਪਣੇ ਤੌਰ ਦੇ ਉੱਤੇ ਦਿੱਤਾ ਆ। ਰਾਸ਼ਟਰਪਤੀ ਟਰੰਪ ਨੇ ਆਈ ਥਿੰਕ ਇਸ ਗੱਲ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਨਕਾਰਿਆ ਨਹੀਂ ਵੀ ਉਹਨਾਂ ਦੇ ਜਿਹੜੇ ਸੰਬੰਧ ਸੀਗੇ ਜਾਂ ਨਹੀਂ ਸੀਗੇ, ਉਹਨਾਂ ਨੇ ਸਿਰਫ ਇਸ ਪੇਮੈਂਟ ਨੂੰ ਲੈ ਕੇ ਜ਼ਰੂਰ ਜਿਹੜਾ ਆਪਣਾ ਉਹ ਬਿਆਨ ਦਿੱਤਾ ਵੀ ਕਹਿੰਦੇ ਵੀ ਮੈਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਇੱਦਾਂ ਦੀ ਜਿਹੜੀ ਪੇਮੈਂਟ ਆ ਉਸ ਔਰਤ ਨੂੰ ਇਹਨਾਂ ਸੰਬੰਧਾਂ ਨੂੰ ਲੁਕਾਉਣ ਦੇ ਲਈ ਜਿਹੜੀ ਕੀਤੀ ਆ। NDA ਉਦੋਂ ਜ਼ਿਆਦਾ ਜਿਹੜਾ ਚਰਚਾ ਦੇ ਵਿੱਚ ਆਇਆ ਜਦੋਂ ਦੇਖਿਆ ਗਿਆ ਵੀ NDA ਦੇ ਉੱਤੇ ਰਾਸ਼ਟਰਪਤੀ ਟਰੰਪ ਜਿਹੜੇ ਡੋਨਲਡ ਟਰੰਪ ਆ ਉਹਨਾਂ ਦੇ ਹਸਤਾਕਸ਼ਰ ਜਿਹੜੇ ਸਾਈਨ ਆ ਉਹ ਨਹੀਂ ਸੀ ਹੋਏ ਹੋਏ, ਜਿਸ ਕਰਕੇ ਉਹ ਸਟੋਰਮੀ ਡੈਨੀਅਲਸ ਕਹਿ ਰਹੀ ਸੀ ਵੀ NDA ਨਲ ਐਂਡ ਵੋਇਡ ਹੈ, ਇਸ ਲਈ ਮੈਂ ਇਸ ਦੇ ਬਾਰੇ ਦੱਸਣਾ ਚਾਹੁੰਦੀ ਹਾਂ। ਪਰ ਉਹ ਕੇਸ ਇਸ ਟਾਈਮ ਅਦਾਲਤ ਦੇ ਵਿੱਚ ਆ, ਜੇ ਅਦਾਲਤ ਦੇ ਵੱਲੋਂ ਸਟੋਰਮੀ ਡੈਨੀਅਲਸ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਆ ਤੇ ਕਈ ਤਰੀਕੇ ਦੀਆਂ ਵਿਵਾਦਗ੍ਰਸਤ ਹੋਰ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ, USA ਦੀ ਇਕਾਨਮੀ ਹਜੇ ਵੀ ਬਹੁਤ ਜਿਹੜੀ ਸਟਰੋਂਗ ਚੱਲ ਰਹੀ ਆ, ਅਨਪਲਾਇਮੈਂਟ ਕਾਫੀ ਲੋ ਹੈਗੀ ਆ, 4.1% ਤੇ ਹੀ ਜਿਹੜੀ ਹੋਲਡ ਕਰ ਰਹੀ ਹੈਗੀ ਆ ਪਿਛਲੇ 6 ਮਹੀਨਿਆਂ ਤੋਂ ਲਗਾਤਾਰ, ਅਤੇ ਕਹਿੰਦੇ ਵੀ ਲੋਕਾਂ ਦੀ ਥੋੜ੍ਹੇ ਬਹੁਤੇ ਆਵਰਲੀ ਅਰਨਿੰਗਸ ਵੀ ਜਿਹੜੀਆਂ ਇਨਕਰੀਜ਼ ਹੋਈਆਂ ਹੈਗੀਆਂ, ਅਤੇ ਪਿਛਲੇ ਮਹੀਨੇ ਦੇ ਵਿੱਚ ਐਕਚੁਲੀ ਫਰਵਰੀ ਮਹੀਨੇ ਦੇ ਵਿੱਚ 1,03,000 ਦੇ ਕਰੀਬ ਜਿਹੜੇ ਆ ਨਵੇਂ ਇੰਪਲਾਈ ਜਿਹੜੇ ਆ ਹਾਇਰ ਕੀਤੇ ਗਏ। ਜੀ ਬਿਲਕੁਲ, ਸੋ ਇੱਕ ਚੰਗੀ ਜਿਹੜੀ ਖਬਰ ਆਪਾਂ ਕਹਿ ਸਕਦੇ ਹਾਂ ਵੀ, ਕਿਉਂਕਿ ਰੌਲਾ ਤਾਂ ਇਹ ਕਾਫ਼ੀ ਪੈਂਦਾ ਹੀ ਰਹਿੰਦਾ ਹੈ ਵੀ ਜੋਬਾਂ ਹੈ ਨਹੀਂ, ਜੋਬਾਂ ਹੈ ਨਹੀਂ, ਪਰ ਜੋਬਾਂ ਜਿਹੜੀਆਂ ਲਗਾਤਾਰ ਇਕਾਨਮੀ ਦੇ ਵਿੱਚ ਪ੍ਰੋਡਿਊਸ ਹੋ ਰਹੀਆਂ, ਪਰ ਇਹ ਟ੍ਰੇਡ ਵਾਰ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਸਥਿਤੀ ਜਿਹੜੀ ਆ ਉਹ ਬਦਲ ਜ਼ਰੂਰ ਸਕਦੀ ਆ।
ਸੋ ਹੋਪਫੁਲੀ ਜਿਹੜਾ ਆ ਕੰਮ ਠੀਕ ਹੀ ਰਹੇ, ਨਹੀਂ ਤਾਂ ਕੰਮ ਜਿਹੜਾ ਕਾਫੀ ਕਹਿ ਸਕਦੇ ਵੀ ਆਉਣ ਵਾਲੇ ਸਮੇਂ 'ਚ ਖਰਾਬ ਹੋ ਸਕਦਾ ਹੈ। ਅਗਲੀ ਖਬਰ ਵੱਲ ਚੱਲੀਏ, ਜਿਹੜੇ ਫੋਰਡ ਆ, ਫੋਰਡ ਦੇ 150 ਜਿਹੜੇ ਆ ਲਗਭਗ 3.5 ਲੱਖ ਦੇ ਕਰੀਬ ਜਿਹੜੇ ਫੋਰਡ 150 ਟਰੱਕਸ ਹੈਗੇ ਆ, ਉਹਨਾਂ ਦੀ ਜਿਹੜੀ ਟਰਾਂਸਮਿਸ਼ਨ ਦੀ ਪ੍ਰੋਬਲਮ ਕਰਕੇ ਜਿਹੜੀ ਫੋਰਡ ਕੰਪਨੀ ਨੇ ਉਹਨਾਂ ਨੂੰ ਰੀਕਾਲ ਕੀਤਾ ਹੈਗਾ ਆ। ਇਹਦੇ ਵਿੱਚ ਜਿਹੜੇ ਆ ਕਹਿੰਦੇ ਪਈ 2018 ਦੇ F-150 ਅਤੇ ਇਕੱਲੇ ਟਰੱਕ ਨਹੀਂ, ਨਾਲ ਐਕਸਪੀਡੀਸ਼ਨ ਵੀ ਉਹਨੀ ਜਿਹੜੇ ਰੀਕਾਲ ਕੀਤੇ। 2018 ਦਾ ਐਕਸਪੀਡੀਸ਼ਨ ਉਹਦੇ ਵਿੱਚ ਕਹਿੰਦੇ ਟਰਾਂਸਮਿਸ਼ਨ ਦੀ ਪ੍ਰੋਬਲਮ ਸੀ। ਇਸੇ ਤਰ੍ਹਾਂ 2018 ਦਾ 150, F-650 ਅਤੇ F-750 ਟਰੱਕ ਜਿਹੜੇ ਆ ਉਹ ਰੀਕਾਲ ਕੀਤੇ ਹੈਗੇ ਆ। ਜੀ ਜੀ, ਫੇਸਬੁੱਕ ਦਾ ਹਰਜੋਤ ਸਿੰਘ ਜੀ ਇੱਕ ਹੁਣ ਨਵਾਂ ਰੌਲਾ ਜਿਹੜਾ ਆਇਆ ਆ, ਜਿਹੜਾ ਕੈਂਬਰਿਜ ਐਨਾਲਿਟਿਕਾ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਇਆ ਸੀ ਵੀ ਤਕਰੀਬਨ 56 ਮਿਲੀਅਨ ਜਿਹੜੇ ਯੂਜ਼ਰ ਆ ਉਹਨਾਂ ਦਾ ਡਾਟਾ ਜਿਹੜਾ ਇਸ ਤਰੀਕੇ ਨਾਲ ਵਰਤਿਆ ਗਿਆ। ਪਰ ਬਾਅਦ ਦੇ ਵਿੱਚ ਇੱਕ ਹੁਣ ਕੱਲ੍ਹ ਇੱਕ ਨਵੀਂ ਰਿਪੋਰਟ ਆਈ ਸੀ ਸਾਹਮਣੇ ਜਿਸ ਦੇ ਵਿੱਚ ਕਿਹਾ ਵੀ ਇਹ 56 ਮਿਲੀਅਨ ਨਹੀਂ, ਇਨਫੈਕਟ 87 ਤੋਂ 88 ਮਿਲੀਅਨ ਲੋਕਾਂ ਦਾ ਜਿਹੜਾ ਡਾਟਾ ਆ ਇਸ ਦੇ ਵਿੱਚ ਇਸ ਤਰੀਕੇ ਦੇ ਨਾਲ ਵਰਤਿਆ ਗਿਆ ਆ। ਅਤੇ ਕੱਲ੍ਹ ਜਿਹੜੀ ਇੱਕ ਉੱਚ ਅਧਿਕਾਰੀ ਸੀ ਫੇਸਬੁੱਕ ਦੀ, ਉਹਨਾਂ ਨੇ ਇਹ ਦਾਅਵਾ ਕੀਤਾ ਵੀ ਆਪਾਂ ਦੇਖਦੇ ਹਾਂ ਵੀ ਜਦੋਂ ਵੀ ਆਪਾਂ ਫੇਸਬੁੱਕ ਖੋਲ੍ਹਦੇ ਹਾਂ ਬਹੁਤ ਸਾਰੀਆਂ ਐਡਸ ਜਿਹੜੀਆਂ ਆਪਾਂ ਨੂੰ ਦਿਖਦੀਆਂ ਨੇ, ਸਪੋਂਸਰਡ ਕੰਟੈਂਟ, ਹੋਰ ਕਈ ਕੁਛ ਜਿਹੜਾ ਉਹ ਦਿਖਦਾ ਆ। ਕਹਿੰਦੇ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਾਇਦ ਆਪਸ਼ਨ ਜਿਹੜੀ ਉਹ ਬਣਾ ਰਹੇ ਹਾਂ ਵੀ ਤੁਸੀਂ ਸਾਨੂੰ ਪੈਸੇ ਦਿਓ ਤਾਂ ਜੋ ਤੁਹਾਨੂੰ ਐਡਸ ਜਿਹੜੀਆਂ ਉਹ ਨਾ ਦਿਖਣ। ਸੋ ਦੇਖੋ ਉਹ ਐਡਸ ਤੁਹਾਡੇ ਡਾਟਾ ਦੇ ਅਨੁਸਾਰ ਹੀ ਤੁਹਾਨੂੰ ਜਿਹੜੀਆਂ ਦਿਖਾਈਆਂ ਜਾਂਦੀਆਂ, ਤੁਸੀਂ ਕੀ ਸਰਚ ਕਰ ਰਹੇ ਹੋ, ਕੀ ਤੁਹਾਡੇ ਜਿਹੜੇ ਤੁਸੀਂ ਗੂਗਲ 'ਤੇ ਕੀ ਸਰਚ ਕੀਤਾ, ਜਿੱਥੇ ਫੇਸਬੁੱਕ ਲੌਗਇਨ ਕਰਕੇ ਰੱਖਿਆ ਹੋਇਆ ਉੱਥੇ ਹੋਰ ਕੀ ਤੁਸੀਂ ਲੱਭ ਰਹੇ ਹੋ, ਕੁਛ ਬਾਏ ਕਰਨਾ ਆ। ਸੋ ਉਹ ਸਾਰੀਆਂ ਚੀਜ਼ਾਂ ਦੇ ਅਨੁਸਾਰ ਤੁਹਾਨੂੰ ਐਡਸ ਦਿਖਦੀਆਂ ਆ। ਸੋ ਫੇਸਬੁੱਕ ਵਾਲੇ ਦੇਖੋ ਵੀ ਇੰਨੇ ਗੰਦੇ ਆ ਹੁਣ ਇੱਕ ਹਿਸਾਬ ਦੇ ਨਾਲ ਵੀ ਉਧਰੋਂ ਐਡਵਰਟਾਈਜ਼ਰ ਤੋਂ ਵੀ ਪੈਸੇ ਲਈ ਜਾਣੇ, ਇੱਧਰੋਂ ਤੁਹਾਡੇ ਤੋਂ ਪੈਸੇ ਲੈਣ ਦੀ ਜਿਹੜੀ ਉਹ ਗੱਲ ਕਰ ਰਹੇ ਆ ਵੀ ਜੇ ਤੁਸੀਂ ਐਡਸ ਜਿਹੜੀਆਂ ਆ ਉਹ ਨਹੀਂ ਦੇਖਣੀਆਂ ਚਾਹੁੰਦੀਆਂ। ਅਤੇ ਕੱਲ੍ਹ ਇੱਕ ਹੋਰ ਹਰਜੋਤ ਸਿੰਘ ਜੀ ਖਬਰ ਨੇ ਜਿਹੜਾ ਹਿਲਾ ਕੇ ਰੱਖਿਆ, ਕਹਿੰਦੇ ਫੇਸਬੁੱਕ ਨੇ ਇੱਕ ਡਾਕਟਰ ਨੂੰ ਸੀਕਰਟ ਮਿਸ਼ਨ ਦੇ ਉੱਤੇ ਘੱਲਿਆ ਹੋਇਆ ਸੀ ਹਸਪਤਾਲਾਂ ਦੇ ਵਿੱਚ, ਤਾਂ ਜੋ ਕਹਿੰਦੇ ਵੀ ਪੇਸ਼ੈਂਟ ਡਾਟਾ ਉਹਨਾਂ ਦੇ ਨਾਲ ਜਿਹੜਾ ਉਹ ਸ਼ੇਅਰ ਕੀਤਾ ਜਾਵੇ। ਸੋ ਤੁਸੀਂ ਦੇਖੋ ਵੀ ਡਾਟਾ ਦੇ ਪਿੱਛੇ ਕਿਸ ਤਰੀਕੇ ਦੇ ਨਾਲ ਪਏ ਆ, ਤੁਹਾਡੀ ਜਿਹੜੀ ਨਿੱਜੀ ਚੀਜ਼ ਆ, ਤੁਹਾਡਾ ਜਿਹੜਾ ਨਿੱਜਤਾ ਆ ਉਸ ਨੂੰ ਬਿਲਕੁਲ ਇਹ ਵੇਚਣ ਦੇ ਉੱਤੇ ਜਿਹੜੇ ਆ ਤੁਲੇ ਹੋਏ ਆ। ਸੋ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਉੱਤੇ ਧਿਆਨ ਜਿਹੜਾ ਰੱਖਣਾ ਚਾਹੀਦਾ ਆ, ਜਦੋਂ ਵਰਤਣੀ ਉਦੋਂ ਮੇ ਬੀ ਲੌਗਇਨ ਕਰਕੇ ਰੱਖੋ ਆਪਣੇ ਫੋਨ ਦੇ ਵਿੱਚ ਆਲ ਦਾ ਟਾਈਮ, ਬਾਕੀ ਜਿਹੜਾ ਉਸ ਨੂੰ ਮੇ ਬੀ ਲੌਗ ਆਊਟ ਜਾਂ ਅਨਇੰਸਟਾਲ ਜਾਂ ਬਹੁਤ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ। ਵੱਡੀਆਂ ਵੱਡੀਆਂ ਕੰਪਨੀਆਂ ਨੇ ਵੀ ਜਿਹੜੇ ਆਪਣੇ ਫੇਸਬੁੱਕ ਦੇ ਜਿਹੜੇ ਪੇਜਿਸ ਆ ਉਹ ਡਿਲੀਟ ਕਰ ਦਿੱਤੇ ਨੇ ਜੀ। ਅੱਜ ਕੱਲ੍ਹ ਟੈਕਸ ਦਾ ਸੀਜ਼ਨ ਚੱਲ ਰਿਹਾ ਅਤੇ April 15 ਜਿਹੜੀ ਆ ਲਾਸਟ ਡੇਟ ਹੈਗੀ ਆ ਟੈਕਸ ਫਾਈਲ ਕਰਨ ਦੀ, ਨਹੀਂ ਤਾਂ ਤੁਹਾਨੂੰ ਐਕਸਟੈਂਸ਼ਨ ਲੈਣੀ ਪੈਣੀ ਆ ਜਾਂ ਫਾਈਨ ਦੇਣਾ ਪਊਗਾ। ਅਤੇ IRS ਵੱਲੋਂ ਇੱਕ ਕੰਪਨੀਆਂ ਵੱਲੋਂ ਨਿਊਜ਼ ਆਈ ਆ ਵੀ ਕਹਿੰਦੇ ਤੁਹਾਡੇ ਆਡਿਟ ਹੋਣ ਦੇ ਚਾਂਸ ਬੜੇ ਘੱਟ ਹੈਗੇ ਆ। ਉਹ ਉਹਨਾਂ ਨੇ ਰੀਜ਼ਨ ਤਾਂ ਦੱਸਿਆ ਵੀ ਜਿਹੜੇ IRS ਦੇ ਵਿੱਚ ਇੰਪਲਾਈ ਹੈਗੇ ਆ ਅੱਗੇ ਤੋਂ ਅੱਗੇ ਘੱਟਦੇ ਤੋਂ ਘੱਟਦੇ ਜਾ ਰਹੇ ਹੈਗੇ ਆ। ਅਤੇ ਇਹਦੇ ਸੰਬੰਧ ਦੇ ਵਿੱਚ ਜੈਫ ਕਾਰਬੋਨੀ ਇੱਕ ਮੈਨੇਜਿੰਗ ਪਾਰਟਨਰ ਹੈਗੇ ਕੋਰਨਰਸਟੋਨ ਵੈਲਥ ਦੇ, ਉਹ ਕਹਿੰਦੇ ਆ ਵੀ ਮੈਂ ਆਲਵੇਜ਼ ਲੋਕਾਂ ਨੂੰ ਪੁੱਛਦਾ ਹੁੰਦਾ ਹਾਂ ਵੀ ਟੈਕਸ ਅਵੋਇਡੈਂਸ ਅਤੇ ਟੈਕਸ ਅਵੇਜ਼ਨ ਦੇ ਵਿੱਚ ਕੀ ਫਰਕ ਹੈਗਾ ਆ ਜੀ। ਇਹ ਦੋ ਚੀਜ਼ਾਂ ਬੜੇ ਧਿਆਨ ਦੇ ਰੱਖਣ ਯੋਗ ਹੈਗੀਆਂ। ਅਤੇ ਕਹਿੰਦੇ ਵੀ ਜੇ ਤੁਸੀਂ ਹਾਈ ਇਨਕਮ ਬ੍ਰੈਕਟ ਦੇ ਵਿੱਚ ਹੈਗੇ ਆ ਤਾਂ ਤੁਹਾਡੇ ਜਿਹੜੇ ਚਾਂਸਸ ਹੈਗੇ ਆ ਜਾਂ ਤੁਸੀਂ ਸੈਲਫ ਇੰਪਲਾਇਡ ਹੈਗੇ ਆ ਉਹ ਆਡਿਟ ਹੋਣ ਦੇ ਜ਼ਿਆਦਾ ਹੈਗੇ ਆ। ਪਰ ਸਟਿਲ ਕਹਿੰਦੇ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਤੁਹਾਡੇ IRS ਵੱਲੋਂ ਆਡਿਟ ਹੋਣ ਦੇ ਚਾਂਸ ਆ ਕਾਫੀ ਘੱਟਦੇ ਜਾ ਰਹੇ ਹੈਗੇ ਆ। ਰੀਜ਼ਨ ਇਹੀ ਹੈ ਵੀ ਕੰਮ ਉਹਨਾਂ ਕੋਲ ਜ਼ਿਆਦਾ ਹੈ, ਮੈਨ ਪਾਵਰ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਹੜੀ ਘੱਟ ਆ। ਪਰ ਇੱਥੇ ਇਹ ਨਾ ਸਮਝਿਆ ਜਾਵੇ ਵੀ ਤੁਹਾਡਾ ਜਿਹੜਾ ਆਡਿਟ ਨਹੀਂ ਹੋ ਸਕਦਾ। ਤੁਸੀਂ ਆਪਣਾ ਪੇਪਰ ਵਰਕ, ਆਪਣਾ ਟੈਕਸ ਦਾ ਕੰਮ ਆ ਬਿਲਕੁਲ ਅਪ ਟੂ ਡੇਟ ਰੱਖੋ, ਉਹਦੇ ਵਿੱਚ ਕੋਈ ਵੀ ਕੁਤਾਹੀ ਜਿਹੜੀ ਆ ਉਹ ਨਹੀਂ ਵਰਤਣੀ ਚਾਹੀਦੀ, ਕਿਉਂਕਿ ਜੇ ਕੋਈ ਟੈਕਸ ਫਰੋਡ ਦੇ ਵਿੱਚ ਬਾਅਦ ਫੜਿਆ ਜਾਂਦਾ ਆ ਤਾਂ ਬਹੁਤ ਜੁਰਮਾਨੇ ਵੀ ਬਹੁਤ ਹੁੰਦੇ ਆ ਅਤੇ ਕਈ ਵਾਰੀ ਜੇਲ੍ਹ ਤੱਕ ਦੀ ਜਿਹੜੀ ਨੌਬਤ ਆ ਉਹ ਆਉਂਦੀ ਆ। ਚਾਹੇ ਕੋਈ ਇੰਡੀਵਿਜੁਅਲ ਆ, ਹਾਊਸ ਹੋਲਡ ਵਾਲਾ ਆ, ਬਿਜ਼ਨਸ ਵਾਲਾ ਆ, ਜੇ ਐਕਸਟੈਂਸ਼ਨ ਲੈਣੀ ਐਕਸਟੈਂਸ਼ਨ ਲਓ, ਜੇ ਟਾਈਮ ਸਿਰ ਭਰਨਾ ਆ ਤਾਂ ਟਾਈਮ ਸਿਰ ਜਿਹੜਾ ਉਹ ਜ਼ਰੂਰ ਭਰੋ। ਅਗਲੇ ਦਿਨਾਂ ਦੇ ਵਿੱਚ ਫਿਰ ਰਸ਼ ਬਹੁਤ ਜ਼ਿਆਦਾ ਜਿਹੜਾ ਉਹ ਪੈਣ ਲੱਗ ਜਾਂਦਾ ਹੈ ਜਿਹਨਾਂ ਕੋਲ ਤੁਸੀਂ ਭਰਾਉਂਦੇ ਵੀ ਹੋ। ਸੋ ਪਹਿਲੋਂ ਪਹਿਲੋਂ ਹੀ ਜਿਹੜਾ ਆ ਉਹ ਤੁਸੀਂ ਕੰਮ ਕਰੋ। ਹੁਣ ਤਾਂ ਬਹੁਤ ਸਾਰੀਆਂ ਔਨਲਾਈਨ ਸਰਵਿਸਿਜ਼ ਵੀ ਜਿਹੜੀਆਂ ਹੈ ਅਵੇਲੇਬਲ ਆ, ਜਿਹੜਾ ਕੋਈ ਖਾਸ ਕਰਕੇ ਇੰਡੀਵਿਜੁਅਲ ਆ ਜਿਹਨੇ ਕਿਤੇ ਕੋਈ ਇਨਵੈਸਟਮੈਂਟ ਵਗੈਰਾ ਨਹੀਂ ਕੀਤੀ, ਸਿੰਪਲ ਸੈਲਰੀ ਵਾਲਾ ਹੀ ਜਿਹਨਾਂ ਦਾ ਕੰਮ ਹੈਗਾ ਆ, ਵੀ ਉੱਥੇ ਭਰੋ ਅਤੇ ਆਪਣਾ ਈਜ਼ੀਲੀ ਜਿਹੜਾ ਟੈਕਸ ਰਿਟਰਨ ਜਿਹੜਾ ਤੁਸੀਂ ਭਰੋ ਤਾਂ ਜੋ ਬਾਅਦ ਦੇ ਵਿੱਚ ਕੋਈ ਤੁਹਾਨੂੰ ਪ੍ਰੋਬਲਮ ਜਿਹੜੀ ਆ ਉਹ ਨਾ ਆਵੇ। ਅਤੇ ਮੇਕ ਸ਼ੋਰ ਕਰੋ ਜਿਹਨਾਂ ਜਿਹਨਾਂ ਨੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਜਿਹੜੇ ਜਿਹੜੇ ਸਟੇਟ ਦੇ ਵਿੱਚ ਵੀ ਰਹਿੰਦੇ ਆ, ਜਿਹੜੀ ਜਿਹੜੀ ਤੁਹਾਨੂੰ ਟੈਕਸ ਸਬਸਿਡੀ ਮਿਲੀ ਹੋਈ ਆ
ਉਹ ਜ਼ਰੂਰ ਨਾਲ ਜਿਹੜਾ 1095A ਫਾਰਮ ਹੁੰਦਾ ਜਾਂ ਇੱਕ 1095B ਫਾਰਮ ਵੀ ਮਿਲਦੇ ਆ ਜਿਨ੍ਹਾਂ ਨੇ ਮੈਡੀਕੇਅਰ ਜਾਂ ਮੈਡੀਕਲ ਹੁੰਦਾ ਆ, ਸੋ ਉਹ ਵੀ ਟੈਕਸ ਭਰਨ ਵੇਲੇ ਜਿਹੜਾ ਉਹ ਜ਼ਰੂਰ ਉਹ ਜਿਹੜੇ ਅੰਕੜੇ ਭਰਨੇ ਆ। ਬਾਅਦ 'ਚ ਕਈ ਵਾਰੀ ਕਹਿਣਾ ਫਿਰ ਜੀ ਜੁਰਮਾਨਾ ਇੰਨਾ ਜ਼ਿਆਦਾ ਪੈ ਗਿਆ, ਇੰਨਾ ਪੈ ਗਿਆ, ਕਈ ਵਾਰੀ ਬੰਦਾ ਧਿਆਨ ਨਹੀਂ ਦਿੰਦਾ, ਕਈ ਵਾਰੀ ਟੈਕਸ ਵਾਲੇ ਵੀ ਇੰਨੇ ਬਿਜ਼ੀ ਹੁੰਦੇ ਉਹਨਾਂ ਨੂੰ ਵੀ ਪੁੱਛਣ ਦਾ ਜਿਹੜਾ ਉਹ ਚੇਤਾ ਭੁੱਲਿਆ ਹੁੰਦਾ, ਸੋ ਖੁਦ ਹੀ ਜਿਹੜੀ ਆਪਣੀ ਤਿਆਰੀ ਕਰਕੇ ਜਾਓ ਜੀ। ਜਿਹੜੀ ਹੁਣ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਰਾਜਵੀਰ ਸਿੰਘ ਜੀ, ਜਾਂਦੇ ਜਾਂਦੇ ਅਸੀਂ ਜਿਹੜੀਆਂ ਆਸਟ੍ਰੇਲੀਆ ਸਿੱਖ ਗੇਮਸ ਹੋਈਆਂ ਉਹਦੇ ਬਾਰੇ ਦੱਸਦੇ ਜਾਈਏ। ਬਹੁਤ ਹੀ ਵਧੀਆ ਜਿਹੜੀਆਂ ਗੇਮਸ ਹੋਈਆਂ ਉੱਥੇ, ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਆ ਉਹਨਾਂ ਨੇ ਉਸ ਉਹਨਾਂ ਗੇਮਾਂ ਦੇ ਵਿੱਚ ਹਿੱਸਾ ਲਿਆ। ਇਕੱਲੇ ਆਸਟ੍ਰੇਲੀਆ ਨਹੀਂ, ਹੋਰ ਮੁਲਕਾਂ ਤੋਂ ਵੀ ਉੱਥੇ ਜਿਹੜੇ ਪਲੇਅਰ ਕਈ ਗੇਮਾਂ ਦੇ ਵਿੱਚ ਗਏ, ਅਤੇ ਸਭ ਤੋਂ ਜਿਹੜੀ ਉਹਨਾਂ ਦੀ ਜਿਹੜੀ ਇੰਪੋਰਟੈਂਟ ਖਬਰ ਇਹ ਰਹੀ ਆ ਵੀ ਜਿਹੜਾ ਉੱਥੇ ਕਬੱਡੀ ਦਾ ਫਾਈਨਲ ਮੈਚ ਹੋਣਾ ਸੀ ਉਹ ਉਹਨਾਂ ਨੇ ਕੈਂਸਲ ਕਰ ਦਿੱਤਾ ਡੋਪਿੰਗ ਕੰਟਰੋਵਰਸੀ ਕਰਕੇ। ਜਿਹੜੇ ਔਰਗਨਾਈਜ਼ਰ ਸੀਗੇ ਉਹ ਕਹਿੰਦੇ ਆ ਵੀ ਅਸੀਂ ਜਿਹੜੀ ਗੇਮਸ ਹੈਗੀਆਂ ਆ ਉਹਨਾਂ ਦੀ ਇੰਟੈਗਰਿਟੀ ਰੱਖਣੀ ਹੈਗੀ ਆ, ਅਤੇ ਚਾਹੇ ਸਾਨੂੰ ਜਿਹੜੀ ਆ ਮੈਚ ਉਹ ਕੈਂਸਲ ਕਰਨਾ ਪਵੇ। ਇਹ ਜਿਹੜੇ ਉੱਥੇ ਦੇ ਕਬੱਡੀ ਦੇ ਕੋਆਰਡੀਨੇਟਰ ਸੀਗੇ ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ ਦੇ ਨਵਜੋਤ ਸਿੰਘ ਕੈਲੀ ਵੱਲੋਂ ਦੱਸਿਆ ਗਿਆ। ਬਿਲਕੁਲ ਹਰਜੋਤ ਸਿੰਘ ਜੀ, ਇਹ ਜ਼ਰੂਰ ਜਿਹੜਾ ਕਾਫੀ ਵਿਵਾਦਗ੍ਰਸਤ ਜਿਹੜਾ ਫੈਸਲਾ ਜਿਹੜਾ ਰਿਹਾ, ਜਿਹੜੇ ਦਰਸ਼ਕ ਉੱਥੇ ਮੌਜੂਦ ਸੀ ਉਹ ਨਾਖੁਸ਼ ਵੀ ਜਿਹੜੇ ਆ ਕਈ ਹੋਏ, ਬੋਤਲਾਂ ਬੋਤਲਾਂ ਸੁੱਟਦੇ ਹੋਏ ਵੀ ਵੀਡੀਓ ਜਿਹੜੀਆਂ ਕਈ ਆਈਆਂ, ਕਈ ਜਾਣੇ ਵੱਖ ਵੱਖ ਜਗ੍ਹਾ ਦੇ ਉੱਤੇ ਜਿਹੜੇ ਕਰ ਰਹੇ ਸੀ ਕਹਿੰਦੇ ਵੀ ਇਹਦੇ ਵਿੱਚ ਪੋਲੀਟਿਕਸ ਹੋ ਗਈ ਆ, ਪਰ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਖਿਡਾਰੀਆਂ ਨੇ ਮਨ੍ਹਾ ਕਰ ਦਿੱਤਾ ਡੋਪ ਟੈਸਟ ਕਰਵਾਉਣ ਤੋਂ, ਅਸੀਂ ਸਿੱਧਾ ਕਹਿਤਾ ਵੀ ਉਹ ਜਿਹੜਾ ਇਸ ਦੇ ਵਿੱਚ ਨਹੀਂ ਜਿਹੜੇ ਉਹ ਖੇਡ ਸਕਦੇ, ਅਤੇ ਜੇ ਵਾਕਈ ਇੱਦਾਂ ਦੀ ਗੱਲ ਆ ਤਾਂ ਸਰਾਹਨਾ ਕਰਨੀ ਜਿਹੜੀ ਹੈ ਜ਼ਰੂਰ ਬਣਦੀ ਆ ਇਹਨਾਂ ਸਾਰਿਆਂ ਦੀ ਔਰਗਨਾਈਜ਼ਰ ਦੀ, ਕਿਉਂਕਿ ਆਲਰੇਡੀ ਕਬੱਡੀ ਬਹੁਤ ਬਦਨਾਮ ਜਿਹੜੀ ਆ ਉਹ ਹੋ ਰਹੀ ਆ ਇਸ ਡੋਪਿੰਗ ਨੂੰ ਜਿਹੜੇ ਮਸਲੇ ਨੂੰ ਜਿਹੜੀ ਉਹ ਲੈ ਕੇ, ਕੋਈ ਵੀ ਖੇਡ ਜਦੋਂ ਉਸ ਦੇ ਵਿੱਚ ਡੋਪਿੰਗ ਦਾ ਜ਼ਿਕਰ ਆਉਂਦਾ ਆ ਤਾਂ ਲੋਕ ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਆ, ਫਿਰ ਨਿਆਣਿਆਂ ਨੂੰ ਵੀ ਜਿਹੜੇ ਮਾਂ ਪਿਓ ਕਹਿੰਦੇ ਵੀ ਤੁਸੀਂ ਉੱਥੇ ਜਾ ਕੇ ਖੇਡਾਂ ਕੀ ਕਰਨੀਆਂ ਜੇ ਬਾਅਦ ਦੇ ਵਿੱਚ ਡੋਪਿੰਗ ਦੇ ਸਕੈਂਡਲਾਂ ਦੇ ਵਿੱਚ ਤੁਸੀਂ ਜਦੋਂ ਫਸੋਗੇ, ਸੋ ਇਸ ਨੂੰ ਸਾਫ਼ ਸੁਥਰਾ ਰੱਖਣਾ ਆਪਣੇ ਹਰ ਇੱਕ ਦੀ ਜਿਹੜੀ ਜ਼ਿੰਮੇਵਾਰੀ ਆ, ਅਤੇ ਜੇ ਇਹ ਇਸੇ ਚੀਜ਼ ਦੇ ਮੱਦੇਨਜ਼ਰ ਇਹ ਕੈਂਸਲ ਹੋਇਆ ਆ ਤਾਂ ਜ਼ਰੂਰ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਆ, ਅਤੇ ਉਹਨਾਂ ਨੂੰ ਹੌਸਲਾ ਅਫਜਾਈ ਦੇਣੀ ਚਾਹੀਦੀ ਆ ਵੀ ਤੁਸੀਂ ਜਿਹੜੇ ਚੰਗੇ ਕਦਮ ਚੱਕੇ ਆ ਅਨਟਿਲ ਅਨਲੈਸ, ਕਿਉਂਕਿ ਹਰ ਇੱਕ ਨੂੰ ਅੰਦਰੂਨੀ ਖਬਰ ਦਾ ਜਿਹੜਾ ਉਹ ਨਹੀਂ ਜਿਹੜਾ ਪਤਾ ਹੁੰਦਾ, ਕਿਉਂਕਿ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਚਰਚਾਵਾਂ ਜਿਹੜੀਆਂ ਇਹੋ ਜਿਹੇ ਮਸਲਿਆਂ ਦੇ ਉੱਤੇ ਜਿਹੜੀਆਂ ਉਹ ਫਿਰ ਚੱਲ ਪੈਂਦੀਆਂ। ਜੇ ਕੋਈ ਪੋਲੀਟੀਕਲੀ ਚੀਜ਼ ਨੂੰ ਦੇਖਦੇ ਹੋਏ ਕਿਸੇ ਟੀਮ ਨੂੰ ਜਿਤਾਉਣ ਹਰਾਉਣ ਵਾਲੀ ਗੱਲ ਦੇ ਪਿੱਛੇ ਜੇ ਕੁਛ ਇੱਦਾਂ ਹੋਇਆ ਤਾਂ ਫਿਰ ਉਹ ਵੀ ਇੱਕ ਬਹੁਤ ਮੰਦਭਾਗੀ। ਪਰ ਫਾਈਨਲ ਦੇ ਵਿੱਚ ਦੋਏ ਟੀਮਾਂ ਸੀਆਂ ਅਤੇ ਦੋਨਾਂ ਨੂੰ ਹੀ ਜਿੱਦਾਂ ਉਹਨਾਂ ਦੇ ਕਈ ਪਲੇਅਰ ਜਿਹੜੇ ਐਗਰੀ ਨਹੀਂ ਕੀਤੇ ਐਗਰੀ ਨਹੀਂ ਕੀਤੇ ਫਿਰ ਇਸ ਕਰਕੇ ਉਹਨਾਂ ਨੇ ਫਾਈਨਲ ਮੈਚ ਜਿਹੜਾ ਆ ਉਹ ਕੈਂਸਲ ਕੀਤਾ ਜੀ। ਬਾਕੀ ਉਦਾਂ ਜਿਹੜਾ ਸਿਡਨੀ ਦੇ ਵਿੱਚ ਹੋਈਆਂ ਸੀ ਅਤੇ ਅਗਲੇ ਸਾਲ ਹਰਜੋਤ ਸਿੰਘ ਪਰਥ ਵਿੱਚ ਹੋਣੀਆਂ ਨੇ, ਸੋ ਇਹ ਜਿੱਦਾਂ ਓਲੰਪਿਕ ਹਰ ਵਾਰੀ ਨਵੇਂ ਨਵੇਂ ਸ਼ਹਿਰਾਂ 'ਚ ਹੁੰਦੀ ਆ ਇਸੇ ਤਰੀਕੇ ਦੇ ਨਾਲ ਜਿਹੜੀ ਆਸਟ੍ਰੇਲੀਅਨ ਸਿੱਖ ਗੇਮਸ ਆ ਹਰ ਸਾਲ ਜਿਹੜੀਆਂ ਨਵੇਂ ਨਵੇਂ ਸ਼ਹਿਰ ਦੇ ਵਿੱਚ ਹੁੰਦੀ ਜਿੱਦਾਂ ਪਿਛਲੇ ਸਾਲ ਐਡੀਲੇਡ ਦੇ ਵਿੱਚ ਹੋਈਆਂ ਸੀ, ਸੋ ਇੱਕ ਚੰਗਾ ਇਹਨਾਂ ਨੇ ਉਦਾਂ ਕੰਮ ਸ਼ੁਰੂ ਕੀਤਾ ਹੋਇਆ ਆ। ਵੱਖ ਵੱਖ ਜਿਹੜੀਆਂ ਖੇਡਾਂ ਇਸ ਦੇ ਵਿੱਚ ਹੁੰਦੀਆਂ ਆ ਅਤੇ ਬਹੁਤ ਜਿਹੜੇ ਵਧਾਈ ਦੇ ਪਾਤਰ ਨੇ ਸਾਰੇ ਹੀ ਜਾਣੇ ਜਿਹੜੇ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਹਿੱਸਾ ਲੈਂਦੇ ਨੇ ਜਿਹੜੇ ਖਿਡਾਰੀ ਨੇ ਮਾਪੇ ਨੇ, ਅਤੇ ਕਾਫੀ ਜਿਹੜਾ ਠਾਠਾ ਮਾਰਦਾ ਹੋਇਆ ਇਕੱਠ ਜਿਹੜੇ ਉੱਥੇ ਹੁੰਦੇ ਨੇ, ਲੋਕ ਦੂਰੋਂ ਨੇੜਿਓਂ ਇਹਨਾਂ ਗੇਮਸ ਨੂੰ ਦੇਖਣ ਦੇ ਲਈ ਪਹੁੰਚਦੇ ਨੇ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ, ਮਿਲਾਂਗੇ ਆਪਾਂ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ, ਉਦੋਂ ਤੱਕ ਲਈ ਮੈਨੂੰ ਰਾਜਕਰਨ ਵੀ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ, ਸਾਡੇ ਦੋਨਾਂ ਵੱਲੋਂ ਤੁਹਾਨੂੰ ਪਿਆਰ ਸਤਿਕਾਰ ਸਨਗੀ ਜਹੀ, ਸਤਿ ਸ੍ਰੀ ਅਕਾਲ, ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।